ਸੌ ਰੁਪਏ ਲਾਈ ਆ ਚਾਚੇ ਨੇ। ਸਟਾਰ ਚਾਚੇ ਦਾ ਕਿੱਦਾਂ ਲਾਈ ਆ? ਮੰਜੀ ਦੇ ਆਪਾਂ ਹੁਣੇ ਹੀ ਆਏ ਦੌਰਾ ਫ੍ਰੀ 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 400 ਦਾ ਆਉਤੇ ਵਾਲੀ ਆ 550 ਦੀ ਆ ਤੇ ਆ 350 ਦੀ ਆ। ਹਾਂਜੀ ਸਾਗੇ ਚਾਚਾ ਜੀ ਤੁਸੀਂ ਰੱਜ ਪਿਆ ਉਹ ਕਿਆ ਬਾਤ ਅੰਦਰ ਵੀ ਲੱਗਦਾ ਜਦ ਟਿਕਟੋਕਰ। ਅਸਲਾਮ ਵਾਲੇਕੁਮ, ਵੈਲਕਮ ਟੂ ਬੈਕ ਟੂ ਪਾਕਿਸਤਾਨ ਫੈਸਲਾਬਾਦ। ਤੋ ਕਿਆ ਹਾਲ ਚਾਲ ਹੈ ਸਭ ਦਾ? ਉਮੀਦ ਕਰਦਾ ਹਾਂ ਆਪ ਸਭ ਖੈਰੀਅਤ ਸੇ ਹੋਂਗੇ। ਤੋ ਵੈਸਾ ਤੁਹਾਡਾ ਕੀ ਹਾਲ ਚਾਲ ਹੈ? ਸ਼ੁਕਰ ਅਲਹਮਦੁਲਿਲਾ ਔਰ ਹਮ ਐਸਨ ਭਾਈ ਕੋ ਬਹੁਤ ਵੈਲਕਮ ਕਰਤੇ ਹੈ ਕਿਉਂਕਿ ਇਹ ਹਮਾਰੇ ਫੈਸਲਾਬਾਦ ਮੇ ਦੁਬਾਰਾ ਆ ਚੁਕੇ ਹੈ ਔਰ ਥੋੜੇ ਟਾਈਮ ਵਾਸਤੇ ਆਇਆ ਯਾਰ, ਸ਼ੋਪਿੰਗ ਕਰਨ ਵਾਸਤੇ ਆਇਆ ਮੈਂ ਸ਼ੋਪਿੰਗ ਕਰਨ ਵਾਸਤੇ ਬਿਲਕੁਲ। ਹਾਂਜੀ ਤੋ ਸ਼ੋਪਿੰਗ ਕਰਨੀ ਸੀ ਦੁਬਈ ਸੇ ਮੈਨੇ ਬਹੁਤ ਕੀ ਹੈ, ਲੇਕਿਨ ਦੁਬਈ ਉਹ ਸ਼ੋਪਿੰਗ ਕਰਕੇ ਨਾ ਮੇਰਾ ਦਿਲ ਨਹੀਂ ਭਰਿਆ। ਮੈਂ ਦੁਬਈ ਦੀ ਗਲੀ ਗਲੀ ਘੁੰਮ ਕੇ ਵੇਖਿਆ ਲੇਕਿਨ ਕਿਤੋਂ ਏਦਾਂ ਦਾ ਲੰਡਾ ਨਹੀਂ ਲੱਭਾ। ਤੇ ਆਹ ਲੰਡਾ ਜਿਹੜਾ ਹੈਗਾ ਨਾ ਸਪੈਸ਼ਲੀ ਆ ਕਟਿਆਰੀ ਬਾਜ਼ਾਰ ਜੁੰਮੇ ਵਾਲੇ ਦਿਨ ਘੰਟਾ ਘਰ ਹੀ ਦੇ ਲਾਗੇ ਹੀ ਲੱਭਦਾ। ਤੇ ਮੈਂ ਵੈਸੀ ਖਾਨ ਸਾਹਿਬ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਮਿਲ ਰਹੀਆਂ ਨੇ ਜੇ ਉਹ ਮੈਂ ਗਿਆ ਜਿੰਨੇ ਦੇ ਵਿੱਚ ਮੇਰੀ ਇੱਕ ਸ਼ਰਟ ਆਣੀ ਇਹਨਾਂ ਦੇ ਵਿੱਚ ਮੈਂ ਚਾਰ ਸ਼ਰਟਾਂ ਲੈ ਲੈਣੀਆਂ। ਉਹ ਲੈਣ ਵਾਸਤੇ ਮੈਂ ਫਿਰ ਆ ਗਿਆ ਆਪਣੇ ਮਸ਼ਹੂਰ ਕਟਿਆਰੀ ਬਾਜ਼ਾਰ ਤੇ ਜੁਮਾ ਬਾਜ਼ਾਰ ਦੇ ਲੰਡੇ ਦੇ ਵਿੱਚ। ਤੇ ਚਲੋ ਆਓ ਹੁਣ ਤੁਸੀਂ ਮੇਰੇ ਨਾਲ ਰਲ ਕੇ ਸ਼ੋਪਿੰਗ ਵੀ ਕਰੋ, ਨਾਲੇ ਵੇਖੋ ਮੈਂ ਕਿੰਨੇ ਦੇ ਵਿੱਚ ਕੀ ਚੀਜ਼ ਲੈਣਾ ਵਾ ਜੇ ਅਗਰ ਤੁਹਾਨੂੰ ਚੀਜ਼ ਚੰਗੀ ਲੱਗੇ ਤੁਸੀਂ ਵੀ ਆ ਕੇ ਲਈਓ। ਤੇ ਆਹ ਲੱਗੀਆਂ ਹੋਈਆਂ ਨੇ ਸ਼ਰਟਾਂ। ਲਓ ਸਾਹਿਬ ਜੀ ਆਪਾਂ ਵਾਪਸ ਆ ਗਏ ਆਪਣੇ ਮਸ਼ਹੂਰ ਫੈਸਲਾਬਾਦ। ਇਹ ਸ਼ਰਟ ਵੇਖੋ ਜੀ 100 ਰੁਪਏ ਲਾਈ ਹੈ ਚਾਚੇ ਨੇ। ਚਾਚਾ ਜੀ ਬਾਹਰ ਮਿਲ ਰਹੀ ਜੇ 80 ਧਰਮ 60 ਧਰਮ। ਆਹੋ ਆਹ ਚਾਚਾ ਤੁਸੀਂ ਗਿਫਟ ਲਾਇਆ ਮਾਂ ਵਾਸਤੇ, ਚਾਚੇ ਹੋਣਾ ਨੇ ਗਿਫਟ ਲਾਇਆ ਹੈ। ਇਹ ਫੈਸਲਾਬਾਦੀਆਂ ਨੂੰ ਕਿੱਥੋਂ ਮਿਲਣੀ ਏਦਾਂ ਦੀਆਂ ਚੀਜ਼ਾਂ? ਇਹ ਬਸ ਇੱਥੇ ਮਿਲਦੀਆਂ ਨੇ। ਇਹ ਬਾਹਰੋਂ ਖਰੀਦ ਕੇ ਬ੍ਰਾਂਡ ਪਾਇਆ ਚਾਚਾ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਤੇ ਲੈ ਕੇ ਗਏ ਨੇ। ਚਾਚੇ ਹੋਣਾ ਨੇ 100 ਰੁਪਏ ਲਾਈਆਂ ਹੋਈਆਂ ਨੇ। ਚਲੋ ਉਸਤਾਦ ਜੀ ਉਸਤਾਦ ਜੀ ਬੂਟ ਲੱਗੇ ਨਾ ਕਿਤੇ ਨਾਈਫ ਦੀ ਗਲੀ ਚ ਵੇਖਿਆ ਨਾ ਕਿਤੇ ਮੈਂ ਦੇਰੇ ਦੀ ਗਲੀ ਚ ਵੇਖਿਆ, ਇਹ ਤੇ ਫੈਸਲਾਬਾਦ ਕਚਹਿਰੀ ਬਾਜ਼ਾਰ ਚ ਲੱਗੇ ਹੁੰਦੇ ਜੇ। ਉਸਤਾਦ ਜੀ ਕਿੰਨੇ ਦਾ ਲਾਇਆ ਜੇ? 500 ਦੀ ਲਾਈ ਜੀ। ਆ ਬੋਸ ਹੁਣੀ ਦਾ ਲਵਾਏ ਕਰਦੇ ਹੋ? ਥੈਂਕ ਯੂ ਮਿਹਰਬਾਨੀ, ਬਹੁਤ ਸੋਹਣਾ ਤਾਂ ਐਟੀਟਿਊਡ ਹੀ ਬਹੁਤ ਸੀਗਾ ਭਾਈ, ਮੈਂ ਫੈਨ ਹੋ ਗਿਆ ਬਹੁਤ ਸੋਹਣਾ ਦਾ। ਬਹੁਤ ਸੋਹਣੀ ਪੈਂਟਾਂ ਲਾ ਕੇ ਬੈਠੇ, ਕੋਟ ਲਾ ਕੇ ਬੈਠੇ ਨੇ, 500 ਰੁਪਇਆ ਚਾਹੇ ਨੇ, ਬਹੁਤ ਸੋਹਣੀ ਟਾਈਆਂ ਲੱਗੀਆਂ ਕੁੱਤਾ ਬੰਨਣ ਵਾਸਤੇ ਲਾਈਆਂ ਮੈਨੂੰ ਲੱਗਦਾ। ਬਾਰਾਂ ਮੈਨੂੰ ਕੌਣ ਬੁਲਾਉਂਦਾ? ਚਾਚਾ ਕਿੱਦਾਂ ਲਾਈਆ? ਮੰਜੀ ਦੇ ਜੀ ਹੋ ਚਾਚਾ, ਤੇ ਰੇਟ ਕੀ ਲਾਇਆ? ਪੰਜਾਹ ਰੁਪਏ ਟਾਈਆਂ ਲੱਗੀ ਆ ਤੇ ਮੰਜੀ ਤੇ ਲੱਗੀਆਂ ਨੇ। ਤੇ ਦਾਦ ਜੀ ਸ਼ਰਟਾਂ ਮੰਜੀ ਤੇ ਲਾ ਕੇ ਰੇਟ ਕੀ ਲਾਇਆ ਜੇ? 50 ਵਾਲਾ ਜੀ। ਆ ਲੱਭੋ ਯਾਰ, ਤੁਹਾਨੂੰ ਅੱਧੇ ਧਰਮ ਚ ਕਿੱਥੋਂ ਲੱਭਣੀਆਂ ਏਦਾਂ ਦੀਆਂ ਸ਼ਰਟਾਂ? ਦਾਦ ਜੀ ਦੁਬਈ ਵਾਲੇ ਵਾਸਤੇ ਆ ਫਿਲਮ ਵੀਡੀਓ ਉਹ ਟਰੋਜ਼ਰ ਵੀ ਲੱਗੇ ਨੇ। ਦਾਦ ਜੀ ਆ ਤੁਹਾਨੂੰ ਦੁਬਈ ਚ ਇੱਧਰ ਦੀਆਂ ਚੀਜ਼ਾਂ ਕਿੱਥੋਂ ਲੱਭਦੀਆਂ ਨੇ? ਮਿੱਠੇ ਚਾਣੇ ਲਾਏ ਹੋਏ ਨੇ ਚਾਚੇ ਹੋਣਾ ਨੇ, ਮੂੰਗਫਲੀ ਲਾਈ ਏ, ਚੱਲੀ ਲਾਈ ਏ, ਦਾਣੇ ਲਾਏ ਚਾਚਾ ਜੀ, ਮਿੱਠੇ ਚਣੇ ਹੀ ਦੇ ਦਿਓ ਯਾਰ, ਦੇ ਦਿਓ ਮੈਨੂੰ 30 ਰੁਪਏ ਦੇ ਦੇ ਦਿਓ, ਬਹੁਤ ਆ ਮੁੱਕਦੇ ਹੀ ਨਹੀਂ, ਅਸੀਂ ਵੀ 30 ਰੁਪਏ ਦੇ ਚਣੇ ਖਾ ਲਈਏ। ਇਬਰਤ ਨਾਗ ਇੰਜਾਮ ਸਟੈਚੂ ਲਾਇਆ ਅੱਜ ਰੋਡ ਦੇ ਉੱਤੇ, ਦੇ ਰਹੇ ਉਧਰ ਵੀ ਮੂੰਹ ਉਹ ਲਿਆ ਉਹ ਯਾਦ ਬੰਦਾ ਫੋਟੋ ਖਿੱਚਦੇ ਸੀਗੇ ਅਵੇ ਘੰਟੇ ਘਰ ਦੇ ਨਾਲ ਇੱਕ ਹੋਰ ਘੰਟਾ ਘਰ ਖਿਲਾ ਰਹੇ ਨਾ। ਠੀਕ ਆ ਸਾਡੇ ਟਿਕਟੋਕਰ
ਟਿਕਟੋਕਰ ਦਾ ਵੀਡੀਓ ਸ਼ੂਟ ਕਰ ਰਹੇ ਨੇ, ਉਹ ਕੀ ਰੱਜ ਪਿਆ, ਉਹ ਕਿਆ ਬਾਤ, ਅੰਦਰ ਵੀ ਲੱਗਦਾ ਜਦੋਂ ਹੋਰ ਟਿਕਟੋਕਰ ਆਏ ਨੇ, ਆਹ ਮੈਨੂੰ ਵੱਡੇ ਟਿਕਟੋਕਰ ਲੱਗਦਾ, ਮੈਨੂੰ ਰੱਜ ਪਿਆ ਤੇ ਆਹ ਕਿਹੜਾ ਟਿਕਟੋਕਰ ਦਿੱਤਾ, ਆਹ ਮੈਨੂੰ ਨੀ ਪਤਾ ਕਿਹੜਾ ਜੇ, ਬਾਕੀ ਤੁਸੀਂ ਮੈਨੂੰ ਪਹਿਚਾਣ ਕੇ ਦੱਸ ਦੇਣਾ, ਮੈਨੂੰ ਕੁਆਲੀ ਵਾਲੇ ਲੱਗਦੇ, ਕੁਆਲੀ ਵਾਲੇ ਹੀ ਆ, ਕੁਆਲੀ ਵਾਲੇ ਹੀ ਆ ਦਾ ਜੀ, ਪਤਾ ਨੀ ਕੀ ਹੈਗੇ ਨੇ, ਪਰ ਤੁਸੀਂ ਵੇਖ ਲਓ, ਮੈਂ ਤੇ ਵੀਡੀਓ ਬਣਾਉਣ ਆਇਆ, ਇਹ ਤੇ ਆਪਣੀ ਵੀਡੀਓ ਬਣਾ ਰਹੇ, ਓ ਵਾਹ, ਓ ਜੀ ਓ ਦਾ ਜੀ, ਓ ਆਹ ਫਿਲਮ ਸ਼ੂਟ ਹੋ ਰਹੀ ਜੀ, ਫਿਲਮ ਘੇਂਡਾ ਘਰ ਵੇਖਣ ਆਇਆ ਸੀ, ਇੱਕ ਫਰਿਆ ਦੂਜਾ ਫਰਿਆ, ਚੌਥਾ ਟਿਕਟੋਕਰ ਵੇਚ ਲਿਆ ਹੁਣ ਮੈਂ, ਤੇ ਟਿਕਟੋਕਰ ਹੀ ਬੜੇ ਇਕੱਠੇ ਹੋਏ ਨੇ, ਮੈਂ ਤੇ ਫਿਰ ਕਾਹਦਾ ਯੂਟਿਊਬਰ ਰਿਹਾ ਸਾਹ ਜੀ, ਮੈਨੂੰ ਦੱਸੋ, ਬਾਕੀ ਘੇਂਡਾ ਘਰ ਨਾ ਮੁਹੱਬਤ ਦੇ ਘੇਂਡਾ ਘਰ ਨੂੰ ਵੇਖਣ ਆ ਗਏ ਆ ਅਸੀਂ, ਬਾਕੀ ਇੱਥੇ ਹੋਰ ਮਹਿਫਲਾਂ ਲੱਗੀਆਂ ਨੇ, ਉਹ ਸਾਲ ਹੋਣੀ ਟਿਕਟੋਕਰ ਸਾਹਿਬ ਬੈਠੇ ਹੋਏ ਨੇ, ਤੇ ਘੇਂਡਾ ਘਰ ਆਪਾਂ ਆਪਣੇ ਬਾਜ਼ਾਰ ਵਾਪਸ ਚੱਲਦੇ ਹਾਂ, ਆਪਾਂ ਆਪਣੀ ਜਾ ਕੇ ਸ਼ੋਪਿੰਗ ਕਰਦੇ ਹਾਂ, ਇੱਥੇ ਰਸ਼ ਪਿਆ ਜੇ ਸਾਹ ਜੀ, ਆਉਤੇ ਵਾਲੀ ਆ 550 ਦੀ ਆ ਤੇ ਆ 350 ਦੀ ਆ, ਹਾਂਜੀ ਛਾ ਗਏ ਚਾਚਾ ਜੀ ਤੁਸੀਂ, 1200 ਰੁਪਇਆ ਹੋਇਆ, ਕੌਣ ਬੋਲੀ ਜਾਂਦਾ ਯਾਰ, ਉਹਦਾ ਇੱਕ ਹੋਰ ਇੱਥੇ ਬਾਬਾ ਬੋਲੀ, ₹2500 ਰੁਪਿਆ ਵੀ ਲਈ ਜਾਂਦਾ, ਫ੍ਰੀ ਲਾਈ ਪਾ ਕੇ ਦੇਖ ਲਾ, ਦੇਖੋ ਨਹੀਂ ਜਾਂਦੇ ਨੇ ਚਾਚਾ, ਅੱਛਾ ਸੇਲਮੈਨ, ਫ੍ਰੀ 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 ਸ਼ਲਟਾਂ ਮੈਂ ਮੰਨਦਾ 400 ਦੀਆਂ, ਅੱਛੀਆਂ ਲੱਗੀਆਂ ਹੋ ਜਾਂਦੇ, ਬੈਲਟਾਂ ਵੀ ਲਈਆਂ, ਬੈਲਟਾਂ ਵੀ ਸਸਤੀਆਂ ਲੱਗੀਆਂ, ਮੈਨੂੰ ਇਸ ਬਾਜ਼ਾਰ ਦੇ ਵਿੱਚੋਂ ਕੁਛ ਵੀ ਨੀ ਪਸੰਦ ਆਇਆ ਹੈਗਾ, ਤੇ ਹੁਣ ਮੈਂ ਦੁਬਾਰਾ ਘਰ ਜਾਣ ਦਾ ਵਾਪਸ ਹੀ ਫੈਸਲਾ ਕਰ ਰਿਹਾ, ਜਦੋਂ ਲਾਸਟ ਟਾਈਮ ਆਇਆ ਸੀ ਉਦੋਂ ਤੇ ਬਹੁਤ ਮਜ਼ੇ ਦੀਆਂ ਚੀਜ਼ਾਂ ਸੀ, ਅੱਛੀਆਂ ਚੀਜ਼ਾਂ ਲੱਗੀਆਂ ਹੋਈਆਂ ਸੀ, ਐਨਕਾਂ ਵੀ ਚੰਗੀਆਂ ਲੱਗੀਆਂ, 150 ਰੁਪਇਆ ਇਹਨਾਂ ਨੇ ਲਾਇਆ ਹੋਣਾ ਵਾ, ਵੈਸੇ ਓਦਾਂ ਇਹਨਾਂ ਨੇ 250, 400, 500 ਤੇ ਉਹ ਸਾਹਮਣੇ ਆ ਰਿਹਾ ਜਲੂਸ ਜਸ਼ਨੇ ਈਦ ਨੂੰ ਮੇਲਾ ਤੇ ਨਬੀ ਦਾ, ਐ ਵਿਖਾ ਕੇ ਫਿਰ ਆਪਾਂ ਵੀਡੀਓ ਦਾ ਕਰਦੇ ਹਾਂ ਐਂਡ, ਠੀਕ ਹੋ ਗਿਆ ਵੈਸੀ ਖਾਂ ਸਾਹਿਬ, ਓਕੇ ਕਰੋ ਲੋ ਨਾਜ਼ਰੀਨ, ਇਹ ਸੀ ਆਪਣਾ ਛੋਟਾ ਜਿਹਾ ਵਲੋਗ, ਮੈਨੂੰ ਪਤਾ ਵਾ ਤੁਸੀਂ ਵਲੋਗ ਪੂਰਾ ਵੇਖਿਆ ਨੀ ਹੋਣਾ, ਨਾ ਹੀ ਤੁਹਾਨੂੰ ਪਸੰਦ ਆਇਆ ਹੋਣਾ ਵਾ, ਤੇ ਲਾਈਕ ਕਮੈਂਟ ਤੁਹਾਨੂੰ ਤਾਂ ਵੈਸੇ ਨੀ ਜ਼ਹਿਮਤ ਮਿਲਦੀ ਹੈਗੀ, ਤੇ ਸਬਸਕ੍ਰਾਈਬ ਕਰਨ ਦੀ ਕੀ ਜ਼ਰੂਰਤ ਹੈ, ਤੇ ਅਗਲੀ ਵੀਡੀਓ ਦਾ ਬਿਲਕੁਲ ਨੀ ਇੰਤਜ਼ਾਰ ਕਰਨਾ, ਉਨੀ ਦੇਰ ਵਾਸਤੇ ਅੱਲਾ ਹਾਫਿਜ਼, ਬਾਏ, ਅੱਲਾ ਹਾਫਿਜ਼।